ਜੋ ਕਿ 16 ਡੋਗਰਾ ਨਾਲ ਸੰਬੰਧ ਰੱਖਦਾ ਸੀ। ਅੱਜ ਕੱਲ 62 RR ਜੋ ਕਿ ਕਸ਼ਮੀਰ ਘਾਟੀ ਵਿੱਚ ਉੜੀ ਸੈਕਟਰ ਵਿੱਚ ਤਾਇਨਾਤ ਹੈ, ਉੱਥੇ ਆਪਣਾ ਓਪਰੇਸ਼ਨਲ ਰੋਲ ਨਿਭਾ ਰਿਹਾ ਸੀ ਔਰ ਪੈਟਰੋਲਿੰਗ ਦੇ ਦੌਰਾਨ ਕੱਲ੍ਹ ਖੱਡ ਵਿੱਚ ਡਿੱਗ ਕੇ ਸਿਰ 'ਤੇ ਸੱਟ ਲੱਗਣ ਕਰਕੇ ਓਪ ਏਰੀਆ ਦੇ ਅੰਦਰ ਉਸਨੇ ਸ਼ਹੀਦੀ ਪਾਈ। ਸਿਪਾਹੀ ਰਮਨ ਦਿਓਪਰ ਪਿੰਡ ਨਾਲ ਸੰਬੰਧ ਰੱਖਦਾ ਸੀ ਔਰ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਔਰ ਦੋ ਭਰਾਵਾਂ ਨੂੰ ਛੱਡ ਗਿਆ ਹੈ। ਅੱਜ ਸ਼ਹੀਦ ਦੇ ਸੰਸਕਾਰ ਦੇ ਉੱਪਰ ਪੂਰਾ ਸਿਵਲ ਐਡਮਿਨਿਸਟ੍ਰੇਸ਼ਨ ਪਹੁੰਚਿਆ ਹੋਇਆ ਹੈ, ਜਿਹਦੇ ਵਿੱਚ ADC ਹੁਸ਼ਿਆਰਪੁਰ, SSP ਸਾਹਿਬ, DSP ਸਾਹਿਬ, SDM ਮੁਕੇਰੀਆਂ ਔਰ ਬਾਕੀ ਆਰਮੀ ਵਾਲੇ ਰਿਪ੍ਰਜੈਂਟੇਟਿਵ ਵੀ ਆਏ ਹੋਏ ਨੇ। ਪੰਜਾਬ ਸਰਕਾਰ ਵੱਲੋਂ ਬਣਦੇ ਜੋ ਵੀ ਲਾਭ ਨੇ ਪਾਲਿਸੀ ਦੇ ਮੁਤਾਬਕ, ਰੂਲਿੰਗ ਦੇ ਮੁਤਾਬਕ ਸ਼ਹੀਦ